ਜੇ ਫਿਰ ਅਖੀਰ ਤੇ ਜੇ ਹੋਇਆ ਜੀ ਤਾਂ ਸਾਡਾ ਸੜਕ ਨਹੀਂ ਰੋਕਾਂਗੇ ਅਸੀਂ ਨਹਿਰ ਹੀ ਰੋਕਾਂਗੇ ਫਿਰ ਅਸੀਂ ਟਰੈਕਟਰ ਲੈ ਕੇ ਨਹਿਰ ਚ ਵੜ ਜਾਣਾ ਕਿ ਜਿਹੜੇ ਹੁਣ ਤਾਈਂ ਇਹਦਾ ਰਾਜਸਥਾਨ ਫੀਡਰ ਜਿਹੜੀ ਇੰਦਰਾ ਗਾਂਧੀ ਕਨਾਲ ਦਾ ਫਲੋ ਆ ਉਹ 13,500 ਕਿਊਸਿਕ ਵਗ ਰਿਹਾ ਤੇ ਜਿਹੜੀ ਗਵਰਨਮੈਂਟ ਆਫ ਇੰਡੀਆ ਚਾਹੁੰਦੀ ਆ ਉਹਨੂੰ ਵਧਾ ਕੇ 18,500 ਕਿਊਸਿਕ ਕੀਤਾ ਜਾਵੇ ਤੇ ਸੇਮ ਦਾ ਬਹਾਨਾ ਬਣਾ ਕੇ ਅਸਲ ਵਿੱਚ ਇਹ ਇੱਕ ਤਕਰੀਬਨ 5,000 ਕਿਊਸਿਕ ਦਾ ਹੋਰ ਡਾਕੇ ਦਾ ਜਿਹੜਾ ਕੰਮ ਸ਼ੁਰੂ ਮੈਂ ਟਰੈਵਲ ਕਰਕੇ ਦੇਖਿਆ ਜੀ ਮੈਂ 7-8 ਸਾਲ ਪਹਿਲਾਂ ਗਿਆ ਉੱਥੇ ਕੀ ਆ ਟਿੱਬਿਆਂ ਦੇ ਵਿੱਚ ਐਂ ਪਾਣੀ ਖੁੱਲ੍ਹਾ ਬਰਬਾਦ ਹੋਈ ਜਾਂਦਾ ਮਤਲਬ ਇਹ ਨਹਿਰ ਉੱਥੇ ਜਾ ਕੇ ਫਾਇਦਾ ਨਹੀਂ ਕਰ ਰਹੀ ਤੇ ਹੋਇਆ ਸੀ ਉੱਥੋਂ ਦੇ ਵੀ ਸਟੱਡੀ ਕਰਕੇ ਆਏ ਆ ਪਿਛਲੇ ਇਲਾਕਿਆਂ ਜਿੱਥੇ ਕੰਕਰੀਟੀਕਰਨ ਹੋ ਗਿਆ ਹਾਂਜੀ ਉੱਥੇ ਉਹਨਾਂ ਦਾ ਕਈ ਇਲਾਕਿਆਂ 'ਚ ਤਾਂ TDS 10,000 ਤੋਂ ਵੀ ਅੱਗੇ ਸ਼ੂਟ ਕਰ ਗਿਆ ਪੀਣ ਵਾਲਾ ਪਾਣੀ ਤਾਂ ਗਿਆ ਹੀ ਗਿਆ ਦੂਜੇ ਪਾਣੀ ਦਾ ਲੈਵਲ ਡਰੌਪ ਕਰ ਆਪਣੇ ਪੁਰਾਣੇ ਬਹੁਤ ਕੇਸ ਇਹ ਹੁੰਦੇ ਸੀ ਭਰਾ 10 ਮਿੰਟ ਦੀ ਵਾਰੀ ਪਿੱਛੇ ਭਰਾ ਮਾਰ ਦਿੰਦਾ ਜੀ ਪਰ ਉਦੋਂ ਬਾਅਦ ਇਹ ਗਵਰਨਮੈਂਟਸ ਨੇ ਪਾਲਿਸੀਆਂ ਲਿਆਂਦੀਆਂ ਜਿਹੜਾ ਮੋਟਰਾਂ ਦੇ ਇਹਨਾਂ ਨੇ ਉਦੋਂ ਬਿੱਲ ਮਾਫ ਕਰਤੇ ਉਹਦੇ ਕਰਕੇ ਲੋਕਾਂ ਨੂੰ ਅੱਜ ਬਹੁਤ ਨੂੰ ਇਹ ਲੱਗਦਾ ਵੀ ਚੱਲ ਯਾਰ ਸਰੀ ਜਾਂਦਾ ਇਹ ਵੀ ਗੱਲ ਨਿਕਲ ਕੇ ਆਉਣੀ ਆ ਵੀ ਐਵੇਂ ਖੜੇ ਗੱਲਾਂ ਕਰੀ ਜਾਂਦੇ ਆ ਵੀ ਪਾਣੀ ਕਦੇ ਮੁੱਕ ਜੂਗਾ ਇਸ ਇਲਾਕੇ 'ਚ ਜੇ ਅੱਜ ਤੋਂ 100 ਸਾਲ ਪੁਰਾਣਾ ਚਲੇ ਜਾਓ ਨਾ ਕੋਈ ਤੁਹਾਨੂੰ ਬਜ਼ੁਰਗ ਮਿਲ ਜੇ ਰਿਕਾਰਡਡ ਇਹ ਆ ਵੀ ਹਾਲਾਤ ਇਹਨਾਂ ਦੇ ਇਹ ਹੋ ਗਏ ਸੀ ਇੱਕ ਦਿਨ ਅੰਗਰੇਜ਼ਾਂ ਦੇ ਵੀ ਪਾਣੀ ਪੀਣ ਵਾਲਾ ਹੈ ਨਹੀਂ ਸੀ ਤੇ ਜਿਹੜੀਆਂ ਤੋਪਾਂ ਦੇ ਉੱਤੇ ਤਰੇੜ ਦਾ ਪਾਣੀ ਉਹ ਚੱਟਿਆ ਇਹਨਾਂ ਨੇ ਇਸ ਇਲਾਕੇ 'ਚ ਪਾਣੀ ਆਇਆ ਉਹ ਇਹਨਾਂ ਦਰਿਆਵਾਂ ਨਹਿਰਾਂ ਕਰਕੇ ਪਹੁੰਚਿਆ ਤੇ ਉਹ ਮੁੱਕ ਜੂਗਾ ਜੀ ਜਦੋਂ ਪਹਿਲਾਂ ਹੈ ਨਹੀਂ ਸੀ ਮੈਨੂੰ ਉਮੀਦ ਆ ਵੀ ਜਿਹੜਾ ਇਹ ਸੀ ਨਾ ਇਹ ਅੰਤ ਹੋ ਗਿਆ ਹੁਣ ਇੱਕ ਸਟੇਜ ਦਾ ਹਾਂ ਵੀ ਇਹ ਫ੍ਰੀ ਬੀਜ ਵਾਲਾ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਜੁਮਲੇ ਹੀ ਆ ਵੀ ਇਹਨਾਂ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਜਿੰਨੀਆਂ ਵੀ ਨੈਸ਼ਨਲ ਪਾਰਟੀਆਂ ਸੈਂਟਰ ਤੋਂ ਜਦੋਂ ਚੱਲਦੀਆਂ ਉਹਨਾਂ ਦੇ ਫਿਰ ਜਿਹੜੇ ਹੈਗੇ ਆ ਮਫਾਦ ਉਹ ਹੋਰ ਤਰੀਕੇ ਦੇ ਹੋ ਗਏ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਇੱਕ ਹੋਰ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ ਜੇ ਪੰਜਾਬ ਦੇ ਵਿੱਚ ਪਾਣੀ ਦੀ ਗੱਲ ਕਰਦੇ ਹਾਂ ਪਾਣੀ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਮੋਰਚੇ ਆ ਉਹ ਪਹਿਲੇ ਸਮਿਆਂ ਤੋਂ ਹੀ ਲੱਗਦੇ ਆਏ ਨੇ ਅਤੇ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਵੀ ਸਾਹਮਣੇ ਆਉਂਦੀਆਂ ਗੀਆਂ SYL ਦੀ ਗੱਲ ਹੁੰਦੀ ਆ ਅਤੇ ਦੂਜੇ ਪਾਸੇ ਜੇ ਅਸੀਂ ਅੱਜ ਦੀ ਗੱਲ ਕਰਦੇ ਹਾਂ ਜੌੜੀਆਂ ਨਹਿਰਾਂ ਜਿਹੜਾ ਪੱਕਾ ਕਰਨ ਵਾਲਾ ਸਿਸਟਮ ਚੱਲਿਆ ਹੋਇਆ ਹੈਗਾ ਕੰਕਰੀਟ ਪਾ ਰਹੇ ਨੇ ਮੂਮੀ ਕਾਗਜ਼ ਪਾ ਰਹੇ ਨੇ ਇਸ ਨੂੰ ਲੈ ਕੇ ਮਿਸਲ ਸਤਲੁਜ ਵੱਲੋਂ ਵੀ ਲਾਮਬੰਦੀ ਕੀਤੀ ਜਾ ਰਹੀ ਆ ਪਿੰਡ ਪਿੰਡ ਜਾ ਕੇ ਲਾਮਬੰਦੀ ਕੀਤੀ ਜਾ ਰਹੀ ਆ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਅਸਲ ਦੇ ਵਿੱਚ ਇਹ ਕਿੰਨਾ ਕੁ ਖਤਰਨਾਕ ਆ ਅਤੇ ਆਉਣ ਵਾਲੇ ਪੀੜ੍ਹੀਆਂ ਦੇ ਵਿੱਚ ਇਹਦੇ ਕੀ ਰਿਜ਼ਲਟ ਨਿਕਲਣੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਨਤੀਜਾ ਨਿਕਲਣਾ ਸਾਡੇ ਨਾਲ ਮੌਜੂਦ ਰਹਿਣਗੇ ਦਵਿੰਦਰ ਸਿੰਘ ਸਿੱਖੋਂ ਇਹਨਾਂ ਤੋਂ ਜਾਣਦੇ ਹਾਂ ਸਾਰੀ ਗੱਲਬਾਤ ਵੀ ਕੀ ਹੋਣ ਵਾਲਾ ਗਾ ਕਿੰਨਾ ਕੁ ਇਹ ਖਤਰਨਾਕ ਆ ਅਤੇ ਇਹਨਾਂ ਦੀ ਜਥੇਬੰਦੀ ਕੀ ਕੁਝ ਕਰ ਰਹੀ ਹੈ ਸਿੱਖੋਂ ਸਾਹਿਬ ਸਵਾਗਤ ਆ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਹਾਂਜੀ ਜੌੜੀਆਂ ਨਹਿਰਾਂ ਦੇ ਉੱਤੇ ਅੱਜ ਆਪਾਂ ਖੜੇ ਹਾਂ ਹਾਂਜੀ ਤੁਸੀਂ ਪਿਛਲੇ ਦਿਨੀ ਇੱਕ ਮੋਰਚਾ ਵੀ ਲਾਇਆ ਗਾ ਲਾਮਬੰਦੀ ਕਰਨੀ ਸ਼ੁਰੂ ਕੀਤੀ ਆ ਕੀ ਲੱਗਦਾ ਗਾ ਹਾਲਾਂਕਿ ਪਿੱਛੇ ਤੋਂ ਜਿਹੜੀਆਂ ਨਹਿਰਾਂ ਉਹ ਪੱਕੀਆਂ ਹੋ ਚੁੱਕੀਆਂ ਗੀਆਂ ਹੁਣ ਫਿਰ ਜਿਹੜੀ ਬੰਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਲਈ ਹੋਈ ਆ ਕੀ ਲੱਗਦਾ ਦੇਖੋ ਸਭ ਤੋਂ ਪਹਿਲਾਂ ਤਾਂ ਸਾਡੀ ਬਾਣੀ ਕੀ ਦੱਸਦੀ ਹੈ ਉਹਨਾਂ ਦੀ ਪਹਿਲਾ ਬਾਣੀ ਜੀਓ ਹੈ ਜੀ ਤੇ ਜਦੋਂ ਬਾਣੀ ਤੋਂ ਇਹ ਆ ਵੀ ਜਿਹੜਾ ਸਾਰਾ ਕੁਝ ਹੀ ਉਪਜਣਾ ਹੈ ਉਹ ਪਾਣੀ ਦੇ ਨਾਲ ਜੀ ਤੇ ਆਪਾਂ ਵੇਖਿਆ ਜਿੰਨੀਆਂ ਸਭਿਅਤਾਵਾਂ ਦੁਨੀਆ ਦੀਆਂ ਉਹ ਪਾਣੀ ਦੇ ਦੁਆਲੇ ਵਿਕਸਿਤ ਹੁੰਦੀਆਂ ਜੀ ਤਾਂ ਕਿਸੇ ਵੀ ਸਭਿਅਤਾ ਦਾ ਕਿਸੇ ਖਿੱਤਿਆਂ ਦਾ ਜਿਹੜਾ ਮੂਲ ਆਧਾਰ ਆ ਉਹ ਪਾਣੀ ਹੈ ਤੇ ਅੱਜ ਪੰਜਾਬ ਉਸ ਸਟੇਜ ਤੇ ਚਲਾ ਗਿਆ ਜਿੱਥੇ ਪੰਜਾਬ ਕੋਲੇ ਅੱਜ ਪਾਣੀ ਦਾ ਸੰਕਟ ਸਾਹਮਣੇ ਇੱਕ ਬਹੁਤ ਵੱਡਾ ਵਿਸ਼ਾਲ ਮੂੰਹ ਅੱਡੀ ਖੜਾ ਹੈ ਜੀ ਨਾਸਾ ਦਾ ਲੈ ਲਓ ਜਾਂ ਹੋਰ ਗਵਰਨਮੈਂਟ ਦੀਆਂ ਈਵਨ ਜਿਹੜੀਆਂ ਆਪਣੀਆਂ ਗਵਰਨਮੈਂਟ ਦੀਆਂ ਆਰਗੇਨਾਈਜੇਸ਼ਨ ਆ ਉਹਨਾਂ ਦੇ ਜਿਹੜੇ ਸਰਵੇ ਆ ਉਹ ਦੱਸ ਰਹੇ ਵੀ 18 ਤੋਂ 20 ਸਾਲ ਦਾ ਪਾਣੀ ਆ ਪਰ ਫਿਰ ਵੀ ਜਿਹੜਾ ਕੇਂਦਰ ਦਾ ਸ਼ੁਰੂ ਤੋਂ ਪੰਜਾਬ ਨਾਲ ਜਿਹੜਾ ਇੱਕ ਮਤਰੇਈ ਮਾਂ ਵਾਲਾ ਸਲੂਕਰ ਦਾ ਰਿਸ਼ਤਾ ਰਿਹਾ ਹੈ ਉਹ ਹੁਣ ਕੀ ਕਰ ਰਹੇ ਆ ਵੀ ਜਿਹੜਾ ਪਾਣੀ ਥੋੜ੍ਹਾ ਬਹੁਤਾ ਪਾਣੀ ਸਿੰਮ ਕੇ ਧਰਤੀ 'ਚ ਜਾ ਰਿਹਾ ਸੀਗਾ ਉਹਦੇ 'ਤੇ ਵੀ ਉਹਨਾਂ ਨੇ ਅੱਖ ਰੱਖ ਲਈ ਆ ਵੀ ਇਹ ਵੀ ਰੋਕ ਦਿਓ ਜੀ ਅਤੇ ਉਹਦੇ ਤਹਿਤ ਇਹਨਾਂ ਨੇ 2009 ਤੋਂ ਪਾਲਿਸੀ ਬਣਾਉਣੀ ਸ਼ੁਰੂ ਕੀਤੀ ਆ ਵੀ ਇਹਨੂੰ ਕੰਕਰੀਟ ਕਰਕੇ ਅਤੇ ਥੱਲੇ ਮੋਮ ਜਮ੍ਹਾਂ ਪਾਇਆ ਜਾਵੇ ਤਾਂ ਕਿ ਮੈਕਸੀਮਮ ਪਾਣੀ ਪੰਜਾਬ 'ਚੋਂ ਬਾਹਰ ਲਿਆਇਆ ਜਾ ਸਕੇ ਅੱਜ ਹਾਲਾਤ ਇਹ ਆ ਗਏ ਆ ਕਿ ਜਿਹੜੀਆਂ ਸਾਡੀਆਂ ਰਾਜਨੀਤਿਕ ਧਿਰਾਂ ਹੁਣ ਤੱਕ ਰਹੀਆਂ ਉਹਨਾਂ ਨੇ ਕਿਸੇ ਨੇ ਆਵਾਜ਼ ਨਹੀਂ ਚੱਕੀ ਸੈਂਟਰ ਦਾ ਇਹ ਪ੍ਰੋਜੈਕਟ ਹੁੰਦਾ ਰਾਜਸਥਾਨ ਗਵਰਨਮੈਂਟ ਨਾਲ ਰਲੀ ਆ ਅਤੇ ਇਹ ਜਿਹੜੀ ਆਪਣੀ ਪੰਜਾਬ ਸਰਕਾਰ ਆ ਇਹ ਬਸ ਬਿਨਾਂ ਦੇਖੇ ਉਹ ਕੰਕਰੀਟੀਕਰਨ ਸ਼ੁਰੂ ਕਰ ਦਿੱਤਾ ਗਿਆ ਉਹਦੇ ਤਹਿਤ ਅਸੀਂ ਜਦੋਂ ਪਹਿਲਾ ਮਸਲਾ ਸ਼ੁਰੂ ਹੋਇਆ ਕੰਕਰੀਟੀਕਰਨ ਤੱਕ ਸੀਗਾ ਸੀਮਤ ਜੀ ਉਸ ਤੋਂ ਬਾਅਦ ਅਸੀਂ ਗਏ ਲਾਮਬੰਦੀ ਕਰਦੇ ਰਹੇ ਨਾਲ ਦੀ ਨਾਲ ਅਸੀਂ ਫਿਰੋਜ਼ਪੁਰ ਜਿਹੜਾ ਇੱਥੇ ਨਹਿਰੀ ਵਿਭਾਗ ਆ ਜਿਹਦੇ ਅੰਡਰ ਇਹ ਦੋਨੇ ਨਹਿਰਾਂ ਆਉਂਦੀਆਂ ਕਿਉਂਕਿ ਜਿੰਨੀ ਵੀ ਕੰਸਟਰਕਸ਼ਨ ਜਾਂ ਹੁੰਦੀ ਆ ਉਹ ਹੁੰਦੀ ਪੰਜਾਬ ਦੇ ਵਿਭਾਗਾਂ ਦੇ ਥੱਲੇ ਆ ਅਸੀਂ ਉਹਨਾਂ ਨੂੰ ਮਿਲਣ ਗਏ ਤਾਂ ਉੱਥੇ ਇੱਕ ਨਵਾਂ ਤੱਤ ਸਾਹਮਣੇ ਆਇਆ ਕਿ ਜਿਹੜੇ ਹੁਣ ਤਾਈਂ ਇਹਦਾ ਰਾਜਸਥਾਨ ਫੀਡਰ ਜਿਹੜੀ ਇੰਦਰਾ ਗਾਂਧੀ ਕਨਾਲ ਦਾ ਫਲੋ ਆ ਉਹ 13,500 ਕਿਊਸਿਕ ਵਗ ਰਿਹਾ ਅਤੇ ਜਿਹੜੀ ਗਵਰਨਮੈਂਟ ਆਫ ਇੰਡੀਆ ਚਾਹੁੰਦੀ ਆ ਉਹਨੂੰ ਵਧਾ ਕੇ 18,500 ਕਿਊਸਿਕ ਕੀਤਾ ਜਾਵੇ
जिहड़ा मसला इह मेन मसला है वह मसला सिर्फ कला सिमण तक नहीं रह गया। यह भी एक बहाने नाल उन्होंने घाड़त घड़ी है कि पानी सुमण रोकना है, कुछ सेम का बहाना लाया गया मुढ़ले तौर पर भी कुछ इलाके सेम रही है तो सेम का बहाना बना के असल में यह एक तकरीबन 5000 क्यूसिक का होर डाके का जोड़ा काम शुरू हो जिहड़ा ये कंक्रीट वाला मामला होया गया पिछले दिन यही गवर्नमेंट के इधरली साइड जे आप मुक्तसर वाली साइड की गल करते हैं या गिदड़वड़ा उत्थे रौला भी पिया गा उत्थे लोगों ने इकट्ठे भी होए सी पर उदू बाद फिर उस तरह चुप हो गए लोग उहदा मतलब तुसीं किवें भी लोगों नूं किवें उस लैवल तक लिया भी संघर्ष नूं वधाउणा गा या संघर्ष बारे लोगों नूं दसना गा भी ये किन्ना क अपने लिए खतरनाक है। पहलां तां देखो इन्हां ने एक मिथ सर्जरी भी यह जी सेम करके हो रहा हाँ। तो जिहड़ा गिदड़वाए का इलाका ज जी फरीदकोट तो अगे का इलाका जी वो बहुत ज़्यादा आम बंदयां नूं ये समझ लगी भी ये साडा फायदा होने लगा सेम घटी जी वो जो तो फरीदकोट तक पहुँच गए तो फरीदकोट के शहर वासियों ने सारे ने एक जल जीवन बचाओ मोर्चे थले इकट्ठे हुए लामबंद हुए जी उन्होंने ये भी क्योंकि फरीदकोट में पीने वाला पानी नलकों राही मोटर राही जो नहर के तो मिलता नहर के जेडे उत्ते नलके लगे या बोर लगे थलड़ा पानी माड़ा उन्होंने जो लामबंदी शुरू करनी की तो वह मसला फरीदकोट का लोकलाइज बन के रह गया। उत्थे सरकार मनी के असी जी सरहद फीडर आ जी पंजाब वाली आसी कंक्रीटीकरणी करते 8 किलोमीटर के एरिए असी कोई होर डिजाइन न करते पर जोड़ा नाल वड्डा मसला खड़ा हो गया राजस्थान फीडर का वह क्योंकि नैशनल लैवल का इशू आ यह भी पता लगा सानू उत्थे बाड़मेर च कुछ इंडस्ट्री लग रही है जिन्हों नहरी पानी की सख्त लोड़ आ एक तो रिफाइनरी लग रही है उत्थे वो इशू नू जिहड़ा राजस्थान फीडर वाला है उहदे वास्ते वड्डी लामबंदी की लोड़ सी सो उहदे तहत असीं उदन जिदन शुरुआत की भी पिंड पिंड गए इत्थे लखा सधाणा होनी भी आए अमतोज मान होनी भी अपने कोले आए इत्थे ते मिसल सतलुज वल्लों असीं फिर एक लड़ाई का जिहड़ा खाका एक पिड़ बन्नण वास्ते उस दिन इत्थे इकट्ठ रख्या एक तो सानू इह सी भी सारे पंजाब च मसला चला जावे जागरूकता होवे उहदे नाल ही इह उह इतिहासक जगह है जिथे पंजाब ते जिहड़ी हिंद की लड़ाई हुई है जिहड़ी एंगलो सिख वार हुई है ते जिथों असी हारना शुरू किया तो सानू इह सी भी एक इतिहासक जगह तो असी दबार तो पानी का बिगल वजाइए ते उह कला कंक्रीटीकरण तक ना सीमित रहे क्योंकि जिहड़ी राजस्थान फीडर का एक होर तथ यह है भी राजस्थान फीडर जिहड़े इलाके जाके पानी दिंदी आ उत्थे पहलां तां इन्हां ने 1965 तो लैके 85 तक रूपगढ़ के कोले वैसे ही टिब्बियां च लिया के छड़ते वह बहुत वड्डी एक कुदरती झील बन गई है जिहदी 6 किलोमीटर चढ़ाई आ ते 35 किलोमीटर लंबाई आ। तुसीं देखो इन्ना पानी पंजाब दा उत्थे बर्बाद करता पर पंजाब नूं नहीं दिता हुण भी जे तुसीं इहदे नाल नाल जाओ ये बॉर्डर दे नाल नाल नाचने तक जैसलमेर तक जाती है। मैं ट्रैवल करके देखा जी मैं 7-8 साल पहले गया उत्थे की है टिब्बियां दे विच आई पानी खुला बर्बाद हो जाता मतलब यह नहर उत्थे जाके फायदा नहीं कर रही जो ये बनी सी नहर इन्होंने क्लेम किया असी 40 लाख हैक्टेयर ते खेती करांगे उत्थे जबकि हुण तक यह मसा ही 10 लाख हैक्टेयर ते ये कह रहे भी इहदे असी खेती कर रहे हैं पर उहदे जिहड़े बड़ियां रिसर्चेज आ इत्थों तक राजस्थान वाले दस रहे हैं भी साडा जिहड़ा सभ्याचार है जिहड़ा पानी आउण करके क्योंकि राजस्थान की सभ्यता उस तरीके पनपी सी पानी घट सी तां भी साडी सभ्याचार का भी नुकसान हो रहा ते असी ये लामबंदी करके इत्थों तक लगे जाना चाहते हैं भी देखो प्रोडक्टिविटी उत्थे कर नहीं रही जे आपां इहनूं रिपेरियन कानून जिहड़े हैगे आ जिहड़े कंस्टीट्यूशन आ दोनों तो यह मतलब गैर कानूनी तरीके लैके गए आ पर गैर कुदरती भी आ उत्थे भी नुकसान हो रहा पंजाब का भी नुकसान हो रहा पंजाब का पानी थले जा रहा क्योंकि 8.5 MF पानी हिल जा रही है तो पंजाब को सारा ही पीने वाला पानी जिहड़ा पीने वाला सॉरी मैं कह रहा जिहड़ा वर्तन वाला नहरी पानी है वह सारा 12 MF आ हुण वह इन्ना पानी उत्थे ले जाके बर्बाद किया जा रहा पंजाब नूं दिता नहीं जा रहा सो वह सारिआं दा तहत असी एक जिहड़ी लामबंदी जिहड़ी जंग शुरू की है इत्थों वह फिर यह धरती जिहड़ी शहीदां दी धरती तो उस दिन असी मते पाए सी ते जे राजस्थान चाहिए भी है भी वो आते भी सानू पानी चाहिए तो गवर्नमेंट ऑफ इंडिया का 1999 का प्रोजैक्ट आ गंगा बेसन बहुत सरप्लस आ बहुत ज़्यादा पानी हड़ आउंदे आ उहदे च घाघरा नदी है जिहड़ी 14.5 MF दी नेपाल तो निकलती है तो हड़ लियाउंदी आ इन्हां दा प्रोजैक्ट पिया भी घाघरा तो शारदा च उदू बाद यमुना तो उदू बाद लिंक करके हरियाणा तो राजस्थान असीं कहिंदे आ भी उह पानी लिया के दिओ फिर इन्हां नूं पर साडा पानी सानू दिओ सो उस तहत आपां लामबंदी कर रहे हां।
हाँ हुण जिहड़ा तुसी इह मसला दस्सिया गा वी तुसी एक जथेबंदी भी बनाई आ, लोकां नूं लामबंद भी करना शुरू कर दित्ता, तुसी मते भी दस्सते भी साडे आ मंग आ, सरकार दा जिहड़ा पक्ष देखदे आ मौजूदा सरकार जां पहलां वाले, उहनां नूं इह समझ दे विच गल हैगी आ वी उह समझदे ने जाण बुझ के अणजाण बणे होए ने कि हरे समझाउण दी लोड़ आ वी किन्ना कि इह खतरनाक आ जे असीं मुख्यमंत्री लैवल जां उच्च अधिकारियां दी गल करीए। देखो हजे ताईं जे सरकार दा असीं वेखीए कोई रिएक्शन कोई उस तरीके का नहीं आया। हाँ। फरीदकोट वाले मसले से थोड़ा जिहा उन्हां दा आया सी 8 किलोमीटर तक कर देंगे, पर जो आप टोटैलिटी जिहड़ा पंजाब दा पानी का देखते हैं तो पिछलियां गवर्नमेंट्स भी इनवॉल्वड है जी ये नहर, क्योंकि मैं थोनों दस रहा भी 2009 तो यह प्रोजेक्ट शुरू होया, 14 तो तकरीबन पंजाब दे विच शुरू हो गया जी, तो उन्होंने भी ध्यान नहीं दिता। जिहड़ी होने वाली भी सरकार आ वह भी उम्मीद बड़ी सी लोगों नूं, पर उहदे विच भी मैनू लगता बड़ी लियाकत की कमी है भी जिन्ना चिर लोग रौला ही नहीं पाते बैठते ही नहीं, जिवें आपां पेट्रोल फैक्टरी का देखिया शराब वाली का भी जदों एन लोगों ने खड़ के उत्थे खीर तक 6 महीने उत्थे बैठे रहे रौला पाया तां जाके सरकार ने सुनिया, ते इत्थे भी मैनू लगता उन्हां दा इसे तरीके का ही रिएक्शन होगा। बाकी एक नैशनल पार्टी आ, जिन्नियां भी नैशनल पार्टियां सेंटर तो जो चलदियां उन्हां दे फिर जिहड़े हैगे आ मुफाद वो होर तरीके दे हो जाते। जे गल करिए उस दिन इकट्ठ की असी बहुत सारिया चीज़ा नोट कीतियां गईं, जे गल करिए भी लोगों तक मामला पहुँचूगा किवें पहुँचूगा उत्थे गल आ जाती है मीडिया की, तुहानू लग्या भी उस तरह का हंगारा तुहानू मिल रहा है जां नहीं मिल रहा, उत्थे तुसी कोई कमेंट करना चाहोगे? देखो जिथों ती तो अपना जिहड़े सोशल मीडिया जां वैब चैनल हैगे उन्होंने सानू काफ़ी साथ दिता जी, तो जितों तक प्रिंट मीडिया का सवाल आ, क्योंकि मसला बहुत वड्डा पंजाब का, तो किसी भी प्रिंट मीडिया ने इस मतलब पंजाब लैवल से इस मसले को लैके कोई न्यूज़ ज कोई खबर जो कोई स्टोरी करने बारे सोचा तक नहीं गा, तो मैं एक होर लगता साढ़े ने एक आदत बन गई है भी सेंसेशन जिन्ना चर नहीं होंगी, तो साडा ये मनना हैगा मिसल सतलुज वालों भी कोई भी जो आप एजुटेशन के बहुत मोड़ आ कोई भी ये ना हो पंजाब का नुकसान हो, मान लो आप रोड ब्लॉक कर देंगे तो अल्टीमेटली साढ़े बंदियां दा साढ़े सरमाए का उस दिन का जो रोड से ब्लॉक होना सी लोगों ने खज्जल होना सी, पर मैं लगता मीडिया जिहड़ा हैगा खासकर प्रिंट का तो मैं यही लगता है भी उस दिन असी मुंडे दा कह भी रहे भी आप थले प्रोग्राम रखने की बजाय आप पुलों पर रख लेंगे, फिर इन्होंने आ जाना ये चो निकल की लोड़ है मीडिया। ਤੁਹਾਨੂੰ ਲੱਗਦਾ ਵੀ ਉਸ ਤਰ੍ਹਾਂ ਦਾ ਨਹੀਂ ਹੰਗਾਰਾ ਤੁਹਾਨੂੰ ਮਿਲਿਆ? ਹਾਂ ਪ੍ਰਿੰਟ ਮੀਡੀਆ ਤੋਂ ਤਾਂ ਸਾਨੂੰ ਬਹੁਤ ਮੈਂ ਬਹੁਤ ਥੋੜ੍ਹਾ ਹੰਗਾਰਾ ਮਿਲਿਆ ਜੀ, ਪੰਜਾਬ ਫਿਰੋਜ਼ਪੁਰ ਦੇ ਜਿਹੜੇ ਕੁਛ ਅਖਬਾਰਾਂ ਦੇ ਪੇਜਾਂ 'ਤੇ ਛਪੀ ਆ, ਅਤੇ ਜਿਹੜਾ ਸਾਡਾ ਅਜੀਤ ਅਖਬਾਰ ਆ ਜਿਹਨੂੰ ਪੰਜਾਬ ਪੱਖੀ ਆਪਦੇ ਆਪ ਨੂੰ ਦਰਸਾਉਂਦੇ ਆ ਪੰਜਾਬ ਦਾ ਮੋਹਰੀ ਅਖਬਾਰ ਆ, ਉਹਨਾਂ ਨੇ ਸਾਡੀ ਮੈਨੂੰ ਲੱਗਦਾ ਖਬਰ ਲਾਉਣੀ ਵੀ ਈਵਨ ਫਿਰੋਜ਼ਪੁਰ ਪੇਜ 'ਤੇ ਲੋਕਲ 'ਤੇ ਵੀ ਮੁਨਾਸਿਬ ਨਹੀਂ ਸਮਝੀ। ਤੁਹਾਨੂੰ ਲੱਗਦਾ ਵੀ ਜਿਹੜਾ ਇਹ ਮਾਮਲਾ ਹੈ ਜੇ ਰਾਜਸਥਾਨ ਫੀਡਰ ਦੀ ਗੱਲ ਕਰਦੇ ਹਾਂ, ਸਰਹੰਦ ਫੀਡਰ ਦੀ, ਦੋਨੇ ਨਹਿਰਾਂ ਦੀ ਹੀ ਜੇ ਆਪਾਂ ਗੱਲ ਕਰਦੇ ਹਾਂ, ਇਹ ਕਿੰਨਾ ਕੁ ਸੰਜੀਦਾ, ਮਤਲਬ ਸੰਜੀਦਾ ਤਾਂ ਦੇਖੋ ਸਾਰਿਆਂ ਨੂੰ ਪਤਾ ਹੈਗਾ, ਤੁਸੀਂ ਤੁਸੀਂ ਕਿਤੇ ਨਾ ਕਿਤੇ ਕਮਜ਼ੋਰ ਰਹਿ ਰਹੇ ਹੋ ਸਮਝਾਉਣ ਦੇ ਵਿੱਚ, ਜਾਂ ਲੋਕਾਂ ਨੂੰ ਉਸ ਹਿਸਾਬ ਨਾਲ ਲੋਕ ਨਹੀਂ ਉਨੇ ਜ਼ਿਆਦਾ ਜਾਗਰੂਕ ਹੋਏ ਵੇ ਵੀ ਉਹਨਾਂ ਨੂੰ ਇਹ ਗੱਲ ਸਮਝ ਉਸ ਹਿਸਾਬ ਨਾਲ ਨਹੀਂ ਆ ਰਹੀ? ਅਸਲ ਗੜਬੜ ਪਤਾ ਕੀ ਹੋਈ ਹੈ ਜੀ ਪੰਜਾਬ ਦੀ, ਪੰਜਾਬ ਦੇ ਲੋਕਾਂ ਨੂੰ ਪਤਾ ਨਹਿਰੀ ਪਾਣੀ ਦਾ ਮੁੱਲ, ਆਪਣੇ ਪੁਰਾਣੇ ਬਹੁਤ ਕੇਸ ਇਹ ਹੁੰਦੇ ਸੀ ਭਰਾ 10 ਮਿੰਟ ਦੀ ਵਾਰੀ ਪਿੱਛੇ ਭਰਾ ਮਾਰ ਦਿੰਦਾ ਸੀ ਜੀ, ਪਰ ਉਦੋਂ ਬਾਅਦ ਇਹ ਗਵਰਨਮੈਂਟਸ ਨੇ ਪਾਲਿਸੀਆਂ ਲਿਆਂਦੀਆਂ ਜਿਹੜਾ ਮੋਟਰਾਂ ਦੇ ਇਹਨਾਂ ਨੇ ਉਦੋਂ ਬਿੱਲ ਮਾਫ਼ ਕਰਤੇ। ਹਾਂ 97 ਦੇ ਵਿੱਚ ਕਿਸੇ ਬੰਦੇ ਨੇ ਬਿੱਲ ਮਾਫ਼ੀ ਨਹੀਂ ਮੰਗੀ ਸੀ ਜੀ, ਉਹ ਉਦੋਂ ਇਹਨਾਂ ਨੇ ਮਾਫ਼ ਕੀਤੇ ਆ। ਪਹਿਲਾਂ ਮੈਨੂੰ ਲੱਗਦਾ ਸੀ ਵੈਸੇ ਹੀ ਪਾਰਟੀਆਂ ਨੇ ਮਤਲਬ ਵੋਟਾਂ ਮਾਰੇ ਕਰਤੇ ਵੀ ਇਹਨਾਂ ਨੂੰ ਪਤਾ ਹੀ ਨਹੀਂ ਸੀ, ਜਿਹੜੀ ਉਦੋਂ ਦੀ ਪਾਰਟੀ ਸੀ ਕਾਂਗਰਸ ਨੇ 7 ਏਕੜ ਕੀਤੇ, ਇਹਨਾਂ ਨੇ ਅਕਾਲੀ ਦਲ ਨੇ ਸਾਰੇ ਕਰਤੇ ਵੀ ਜਿਵੇਂ ਹੁਣ ਆਪਾਂ ਕਹਿੰਦੇ 1000 ਰੁਪਇਆ ਮਹੀਨਾ ਦੇਵਾਂਗੇ ਵਾਲਾ ਕੰਮ, ਪਰ ਜਦੋਂ ਉਹਨਾਂ ਦੇ ਅਸੀਂ ਕੇਸ ਸਟੱਡੀ ਕੀਤੇ ਜਿਹੜਾ ਪੰਜਾਬ ਪਿੱਛੇ ਕੇਸ ਲੜਿਆ ਸਾਰਾ ਜੀ SYL ਤੇ ਕੇਸ ਲੜਿਆ, ਉੱਥੇ ਜਿਹੜੀ ਪਲੀ ਉਹ ਹਰਿਆਣਾ ਲੈਂਦਾ ਸੀ ਵੀ ਪੰਜਾਬ ਧਰਤੀ 'ਚੋਂ ਪਾਣੀ ਕੱਢ ਲਏ, ਉਹਦੇ ਵਿੱਚ ਪੰਜਾਬ ਕਲੀਅਰ ਇਹ ਦੱਸਦਾ ਸੀ ਉੱਥੇ ਵੀ ਸਾਡਾ ਜੇ ਧਰਤੀ 'ਚੋਂ ਪਾਣੀ ਕੱਢਾਂਗੇ ਇੰਨਾ ਤਾਂ ਫਾਰਮਰ ਦਾ ਖਰਚਾ ਆਊ ਬੋਰਾਂ 'ਤੇ, ਅਤੇ ਇੰਨਾ ਸਾਡਾ ਬਿਜਲੀ ਦਾ ਬਿੱਲ ਜਾਊ, ਸਾਰਾ ਕੁਛ ਹੁੰਦਿਆਂ ਹੋਇਆਂ ਵੀ ਮੈਨੂੰ ਲੱਗਦਾ ਇਹਨਾਂ ਨੇ ਇੱਕ ਪਾਸਾ ਵੱਟਿਆ ਉਦੋਂ ਅਤੇ ਬਿਜਲੀ ਦੇ ਬਿੱਲ ਮਾਫ਼ ਕਰਤੇ, ਉਹਦੇ ਕਰਕੇ ਲੋਕਾਂ ਨੂੰ ਅੱਜ ਬਹੁਤ ਨੂੰ ਇਹ ਲੱਗਦਾ ਵੀ ਚੱਲ ਯਾਰ ਸਰੀ ਜਾਂਦਾ, ਪਰ ਹੁਣ ਜਿਹੜੀ ਸਿਚੁਏਸ਼ਨ ਆ ਗਈ ਆ ਡਾਰਕ ਜ਼ੋਨਾਂ 'ਚ ਚਲੇ ਗਏ ਹਾਂ, ਉਦੋਂ ਅੱਗੇ ਮੋਟਰਾਂ ਹੁਣ 20-20 ਹਾਊਸ ਪਾਵਰ 'ਤੇ ਚਲੀਆਂ ਗਈਆਂ, ਹੁਣ ਉਹ ਸਮਾਂ ਹੈ ਜਦੋਂ ਲੋਕ ਸਮਝ ਰਹੇ ਆ ਜੇ ਆਪਾਂ ਦੇਖੀਏ ਲੋਕਾਂ ਕੋਲ ਪਹੁੰਚ ਕਰਨ ਦੀ ਲੋੜ ਆ, ਅਤੇ ਅਸੀਂ ਵੀ ਇਹਨੂੰ ਇੱਕ ਵਾਰੀ ਸਾਡਾ ਇਰਾਦਾ ਹੈ ਵੀ ਕੁਛ ਸਮਾਂ ਇਹਨੂੰ ਲੋਕਾਂ ਤੱਕ ਪਹੁੰਚ ਕਰੀਏ ਵੀ ਆਹ ਮਸਲਾ ਸੰਜੀਦਾ ਇੰਨਾ ਕੁ ਹੈ ਜੀ, ਆਹ ਇਲਾਕੇ ਦੇ ਵਿੱਚ ਅੱਜ ਵੀ ਪਾਣੀ ਉੱਤੇ ਆ ਜਿਹੜਾ ਨੇੜਲਾ ਇਲਾਕਾ,
तो पीने वाला पानी मिठा। ये नहर जो कंक्रीट ही करनी हो गया सर्फिंग नहीं हो गया तो यह सारा इलाका मारा जाना। तो जिथे होया अभी उत्थों ने भी स्टडी करके आए हैं पिछले इलाक जिथे कंक्रीटीकरण हो गया हाँ जी उत्थे उन्हों का कई इलाकों तो टी डी एस 10,000 तो भी अगे शूट कर गया तो पीने वाला पानी तो गया ही गया दूजे पानी का लैवल ड्रॉप कर गया। तो बहुत संजीदा मसला हैगा पंजाब का जे आप नहीं देखते तो एक अजाड़े हल वध रहे हैं। सिखो साहब तुहानु लगता जी अज की पीढ़ी आ जिहड़े खेतीबाड़ी कर रहे ने जां खेतीबाड़ी दे नाल संबंध भी रखते ने उन्हें लगता भी जिहड़ी नहरी पहाणी की तुसीं महत्ता बोली है जे साडे बजुर्गां नूं पता सी जां मुंडिआं नूं पता तां जरूर आ भी उन्हां नूं उस हिसाब नाल ओह जागरूक नहीं नहरी पाणी की जिहड़ी लोड़ आ ਉਹ ਕੀ ਪੰਜਾਬੀ ਤੁਹਾਨੂੰ ਲੱਗਦਾ ਹੈ ਅੱਜ ਦੀ ਨੌਜਵਾਨੀ ਉਵੇਂ ਭੁੱਲ ਗਈ ਹੈ? ਕਾਫੀ ਹੱਦ ਤੱਕ ਭੁੱਲੇ ਬੈਠੇ ਹੈ ਜੀ। ਹਾਂ ਕਿਉਂਕਿ ਨਹਿਰ ਦਾ ਪਾਣੀ ਦੇ ਵਿੱਚ ਇੱਕ ਕੀਮਤੀ ਚੀਜ਼ ਆਉਂਦੀ ਹੈ ਪਣਾ ਜਿਹਨੂੰ ਬਜ਼ੁਰਗਾਂ ਦੇ ਸੀ। ਹਾਂ ਸਿਲਟ। ਹਾਂ ਤੇ ਉਹ ਪਣਾ ਹੀ ਜਿਹੜਾ ਧਰਤੀ ਨੂੰ ਜਖੇਜ਼ ਕਰਦਾ। ਆਪਣਾ ਬੜੀ ਵੱਡੀ ਉਦਾਹਰਨ ਹੈ ਜੀ ਜਿਹੜੀ ਇਜਿਪਟ ਦੀ ਨੀਲ ਨਦੀ ਆ ਉੱਤੇ ਇੱਕ ਡੈਮ ਬਣਿਆ ਜੀ। ਉਹ ਜਦੋਂ ਡੈਮ ਬਣਿਆ ਉਹਦੇ ਨੇੜੇ ਬਹੁਤ ਇਲਾਕਾ ਜਰਖੇਜ਼ ਸੀ। ਹਰੇਕ ਸਾਲ ਜਦੋਂ ਹੜ੍ਹ ਆਉਂਦੇ ਸੀ ਤਾਂ ਉਹ ਪਣਾ ਰੁੜ ਕੇ ਨੇੜੇ ਦੇ ਖੇਤਾਂ 'ਚ ਜਾਂ ਬਹੁਤ ਵੱਡੇ ਇਲਾਕੇ 'ਚ ਫੈਲ ਜਾਂਦਾ ਸੀ ਅਤੇ ਉੱਥੇ ਫਸਲ ਬਹੁਤ ਹੁੰਦੀ ਸੀ। ਹਾਂ ਉਹ ਇਹਨਾਂ ਨੇ ਡੈਮ ਬਣਾਤਾ। ਡੈਮ ਬਣਨ ਨਾਲ ਸਿਲਟ ਉੱਥੇ ਬੈਠਣ ਲੱਗ ਗਈ, ਪਣਾ ਪਹੁੰਚਿਆ ਨਹੀਂ। ਅਖੀਰ ਉਹ ਜਿੰਨੀ ਕੁ ਡੈਮ ਤੋਂ ਪ੍ਰੋਡਕਟਿਵਿਟੀ ਹੋਈ ਉੰਨੇ ਹੀ ਉਹਨਾਂ ਨੂੰ ਜਿਹੜੀ ਇਲੈਕਟ੍ਰੀਸਿਟੀ ਯੂਰੀਆ ਬਣਾਉਣ 'ਤੇ ਲਾਉਣੀ ਪੈ ਗਈ ਨਾਈਟ੍ਰੋਜਨ 'ਤੇ। ਅੱਜ ਪੰਜਾਬ ਦੇ ਵਿੱਚ ਨਾਈਟ੍ਰੋਜਨ ਦੀ ਖਪਤ ਬਹੁਤ ਜ਼ਿਆਦਾ ਆ, ਤਕਰੀਬਨ 3-4 ਬੈਗ ਕੋਈ ਦੱਸੇ ਨਾ ਦੱਸੇ ਨਹੀਂ ਪਾਉਂਦੇ ਆ ਸਾਰੇ। ਸੋ ਇਹ ਪੀੜ੍ਹੀ ਨੂੰ ਨਵੀਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਆ ਕਿ ਉਹ ਇਕੱਲਾ ਪਾਣੀ ਇਹ ਨਹੀਂ ਗਾ, ਉਹ ਨਹਿਰੀ ਪਾਣੀ ਆ, ਉਹਦੇ ਨਾਲ ਜਿਹੜਾ ਪਣਾ ਆਉਂਦਾ ਉਹ ਵੀ ਆ, ਉਹਦੇ ਨਾਲ ਹੀ ਸਾਰੀ ਸੱਭਿਅਤਾ ਦੀ ਹੋਂਦ ਆ। ਜਿਹੜੀ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਜਦੋਂ ਹੋ ਸਕਦਾ ਸ਼ਾਇਦ ਇਹ ਇੰਟਰਵਿਊ ਵੀ ਆਊਗਾ ਥੱਲੇ ਇੱਕ ਕਮੈਂਟ ਸੈਕਸ਼ਨ ਦੇ ਵਿੱਚ, ਇੱਕ ਇਹ ਵੀ ਗੱਲ ਨਿਕਲ ਕੇ ਆਉਣੀ ਆ ਵੀ ਐਵੇਂ ਖੜੇ ਗੱਲਾਂ ਕਰੀ ਜਾਂਦੇ ਆ ਵੀ ਪਾਣੀ ਕਦੇ ਮੁੱਕ ਜੂਗਾ, ਇਹ ਕੋਈ ਗੱਲ ਹੈਗੀ ਆ ਜਿਹੜੀ ਉਹ ਡਾਰਕ ਜ਼ੋਨ ਦੀ ਗੱਲ ਆ ਵੀ ਕੋਈ ਕਹਿੰਦਾ 18 ਸਾਲ ਨੂੰ ਪੰਜਾਬ ਦਾ ਪਾਣੀ ਮੁੱਕ ਜਾਣਾ ਗਾ, ਕੋਈ ਕਹਿੰਦਾ 20 ਸਾਲ ਨੂੰ ਪੰਜਾਬ ਨੇ ਰੇਗਿਸਤਾਨ ਬਣ ਜਾਣਾ, ਵੀ ਇਹ ਕੋਈ ਗੱਲ ਨਹੀਂ ਐਵੇਂ ਖੜੇ ਗੱਲਾਂ ਕਰੀ ਜਾਂਦੇ? ਇਹ ਜੀ ਗੱਲ ਵਾਕਿਆ ਦੇ ਵਿੱਚ ਹੈਗੀ ਆ ਕਿ ਐਵੇਂ ਆ? ਹੁਣ ਤੱਕ ਲੋਕਾਂ ਦੀ ਸਮਝ ਇਹੀ ਸੀ ਹਾਂ ਵੀ ਇਹ ਤਾਂ ਜੀ ਵੋਟਾਂ ਦਾ ਮਸਲਾ, ਕਿਉਂਕਿ ਸਰਕਾਰਾਂ ਨੇ ਇਹ ਬਣਾਤਾ ਵੀ ਇਹ ਜੇ ਪਾਣੀ ਦੀ ਗੱਲ ਕਰਦਾ ਉਹਨੂੰ ਕਹਿ ਦਿਓ ਜੀ ਵੋਟਾਂ ਦਾ ਮਸਲਾ। ਹਾਂ ਪਰ ਜੇ ਆਪਾਂ ਇਤਿਹਾਸ 'ਚੋਂ ਦੇਖੋ ਤਾਂ ਖਾਸ ਕਰ ਮਾਲਵੇ ਦਾ ਜੀ, ਮਾਲਵੇ ਦਾ ਤੁਸੀਂ ਰਤਨ ਸਿੰਘ ਭੰਗੂ ਨੂੰ ਪੜ੍ਹ ਲਓ ਜੀ, ਜਾਂ ਤੁਸੀਂ ਉਦੋਂ ਬਾਅਦ ਅੰਗਰੇਜ਼ਾਂ ਦਾ ਹੀ ਜਿਹੜੀ ਲੜਾਈ ਹੋਈ ਆ ਮੈਂ ਤੁਹਾਨੂੰ ਦੱਸਦਾ। ਹਾਂ ਇਹ ਇਸ ਇਲਾਕੇ 'ਚ ਹੀ ਹੋਈ, ਮੁਦਕੀ ਤੋਂ ਫੇਰੂ ਸ਼ਹਿਰ ਦੀ ਜਿਹੜੀ ਲੜਾਈ ਹੋਈ ਆ ਜੀ, ਤੇ ਇਸ ਇਲਾਕੇ ਦੇ ਵਿੱਚ ਉਸ ਟਾਈਮ ਦੱਸਦੇ ਆ ਹਾਂ ਬਜ਼ੁਰਗ ਦੱਸਦੇ ਵੀ ਜਦੋਂ ਦਿਨ ਟਿਕ ਜਾਂਦਾ ਸੀ ਰਾਤ ਪੂਰਾ ਜੀ ਤਾਂ ਅੰਗਰੇਜ਼ ਉਸ ਟਾਈਮ ਪਾਣੀ ਖੁਣੋਂ ਪਿਆਸੇ ਮਰੇ ਜੀ। ਰਿਕਾਰਡਡ ਇਹ ਆ ਵੀ ਹਾਲਾਤ ਇਹਨਾਂ ਦੇ ਇਹ ਹੋ ਗਏ ਸੀ ਇੱਕ ਦਿਨ ਅੰਗਰੇਜ਼ਾਂ ਦੇ ਵੀ ਪਾਣੀ ਪੀਣ ਵਾਲਾ ਹੈ ਨਹੀਂ ਸੀ ਤੇ ਜਿਹੜੀਆਂ ਤੋਪਾਂ ਦੇ ਉੱਤੇ ਤਰੇੜ ਦਾ ਪਾਣੀ ਉਹ ਚੱਟਿਆ ਇਹਨਾਂ ਨੇ ਰਿਕਾਰਡਡ ਆ। ਤੇ ਇੱਕ ਇੱਥੇ ਇਹ ਦੱਸਿਆ ਜਾਂਦਾ ਬਜ਼ੁਰਗ ਦੱਸਦੇ ਹਾੜ ਬੋਲਦਾ, ਇੱਕ ਨਾ ਫਨੋਮੀਨਾ ਹੈ ਜਿਹੜੀ ਸਾਊਂਡ ਆ ਐਨਰਜੀ ਆ ਇਹ ਖਤਮ ਨਹੀਂ ਹੁੰਦੀ, ਤੁਸੀਂ ਅੱਜ ਬੋਲਤਾ ਇਹ ਵਾਤਾਵਰਨ 'ਚ ਰਹਿਣਾ, ਪਰ ਕਿਉਂਕਿ ਨੋਇਸ ਬਹੁਤ ਜ਼ਿਆਦਾ ਆ ਹੁਣ ਤਾਂ, ਉਹਨਾਂ ਸਮਿਆਂ 'ਚ ਅੱਜ ਤੋਂ ਮੰਨ ਲਓ 100 ਸਾਲ ਪਹਿਲਾਂ ਨੋਇਸ ਨਹੀਂ ਹੁੰਦੀ ਸੀ ਤਾਂ ਲੋਕ ਦੱਸਦੇ ਸੀ ਵੀ ਉੱਥੇ ਆਹ ਪਤਲੀ ਮੁਦਕੀ ਜਿੱਥੇ ਕਤਲਗੜ੍ਹ ਆ ਜਿੱਥੇ ਜ਼ਿਆਦਾ ਲੜਾਈ ਲੜੀ ਗਈ 6-7 ਕਿਲੋਮੀਟਰ ਹੜ੍ਹ ਬੋਲਦਾ ਉਹਨੂੰ ਕਹਿੰਦੇ ਹੁੰਦੇ ਸੀ ਵੀ ਆਵਾਜ਼ਾਂ ਆਉਂਦੀਆਂ ਵਾਟਰ ਵਾਟਰ ਦੀਆਂ। ਸੋ ਇਹ ਖਿੱਤੇ ਦੇ ਵਿੱਚ ਪਹਿਲਾਂ ਪਾਣੀ ਨਹੀਂ ਸੀਗਾ ਤੇ ਪਾਣੀ ਆਇਆ, ਰਤਨ ਸਿੰਘ ਭੰਗੂ ਦੱਸਦੇ ਆ ਉਹਨਾਂ ਦੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਗੁਰੂ ਸਾਹਿਬ ਜਦੋਂ ਇੱਥੇ ਦਮਦਮਾ ਸਾਹਿਬ ਆਏ ਆ ਤੇ ਸੰਗਤ ਨੇ ਗੁਰੂ ਸਾਹਿਬ ਮੂਹਰੇ ਬੇਨਤੀ ਕੀਤੀ ਆ ਵੀ ਬਾਰਿਸ਼ ਹੋ ਜੇ, ਕਾਲ ਪੈ ਰਿਹਾ ਤਾਂ ਉਹਨਾਂ ਨੇ ਉਦੋਂ ਅਰਦਾਸ ਕੀਤੀ, ਬਹੁਤ ਬਾਰਿਸ਼ ਹੋਈ, ਪਾਣੀ ਮਤਲਬ ਉਹ ਟਿੱਬਿਆਂ 'ਚ ਖੜ ਗਿਆ ਕਿਉਂਕਿ ਉੱਚੇ ਨੀਵੇਂ ਟਿੱਬੇ ਹੁੰਦੇ ਸੀ ਰੇਤਾ ਦੇ ਨੀਵੇਂ ਦਾ ਜੀ, ਤੇ ਗੁਰੂ ਸਾਹਿਬ ਉੱਚੇ ਟਿੱਬੇ ਤੋਂ ਕਹਿ ਰਹੇ ਆ ਵੀ ਉਹ ਵੇਖੋ ਸਤਲੁਜ ਆ ਗਿਆ। ਤਾਂ ਉਦੋਂ ਭਾਈ ਡੱਲੇ ਨੇ ਕਿਹਾ ਜੀ ਗੁਰੂ ਸਾਹਿਬ ਕਿੱਥੇ ਜੀ ਸਤਲੁਜ, ਤੁਸੀਂ ਤਾਂ ਉਈ ਕਹੀ ਜਾਂਦੇ ਤਾਂ ਪਾਣੀ ਟਿੱਬਿਆਂ 'ਚ ਸੁੱਕ ਜਾਣਾ, ਤੇ ਗੁਰੂ ਸਾਹਿਬ ਨੇ ਉਦੋਂ ਵਰ ਦਿੱਤਾ ਇਸ ਧਰਤੀ ਨੂੰ ਵੀ ਇੱਥੇ ਮੈਂ ਮਾਲਵਾ ਦੇਸ਼ ਬਣਾਊਂਗਾ ਤੇ ਇੱਥੇ ਸਤਲੁਜ ਆਊਗਾ, ਕਮਾਦ ਚੌਲ ਤੇ ਹੋਰ ਜਿਹੜੀਆਂ ਜਰਖੇਜ਼ ਮਾਲਵੇ ਦੀਆਂ ਜਿਵੇਂ ਸਰਹੰਦ ਦੇ ਇਲਾਕੇ 'ਚ ਹੁੰਦੇ ਸੀ ਉਹ ਫਸਲਾਂ ਹੋਣਗੀਆਂ। ਉਹ ਸਾਰਾ ਇਤਿਹਾਸ ਜੇ ਤੁਸੀਂ ਪੁਰਾਣੇ ਦੇਖੋ ਤਾਂ ਪਾਣੀ ਉਦੋਂ ਬਾਅਦ ਜਿਹੜੀਆਂ ਆਹ ਨਹਿਰਾਂ ਕਰਕੇ ਹੀ ਪਹੁੰਚਿਆ, ਉਹਦੇ ਨਾਲ ਹੀ ਇਹ ਪਾਣੀ ਉੱਚਾ ਹੋਇਆ ਜੀ। ਇਸ ਇਲਾਕੇ 'ਚ ਜੇ ਅੱਜ ਤੋਂ 100 ਸਾਲ ਪੁਰਾਣਾ ਚਲੇ ਜਾਓ ਨਾ, ਕੋਈ ਤੁਹਾਨੂੰ ਬਜ਼ੁਰਗ ਮਿਲ ਜੇ, ਹੁਣ 100 ਸਾਲ ਪੁਰਾਣੇ ਬਜ਼ੁਰਗ ਤਾਂ ਮਿਲਣੇ ਨਹੀਂ, ਹਿਸਟਰੀ ਦੇ ਰਿਕਾਰਡ ਤੁਹਾਨੂੰ ਦੱਸਣਗੇ, ਬਹੁਤ ਡੂੰਘੇ ਬੋਰ ਹੁੰਦੇ ਸੀ, ਖੂਹ ਤੇ ਖਾਰਾ ਪਾਣੀ ਹੁੰਦਾ ਸੀ, ਮਤਲਬ ਉਹ ਮਿੱਠੇ ਪਾਣੀ ਦਾ ਤਾਂ ਬਿਰਲਾ ਬਿਰਲਾ ਖੂਹ ਸੀ। ਸੋ ਇੱਥੇ ਇੱਕ ਸਮੇਂ ਪਾਣੀ ਨਹੀਂ ਵੀ ਸੀਗਾ। ਇਹ ਜਿਹੜਾ ਇਸ ਇਲਾਕੇ 'ਚ ਪਾਣੀ ਆਇਆ ਉਹ ਇਹਨਾਂ ਦਰਿਆਵਾਂ ਨਹਿਰਾਂ ਕਰਕੇ ਪਹੁੰਚਿਆ, ਦਰਿਆਵਾਂ ਤੋਂ ਗਾ ਨਹਿਰਾਂ ਰਾਹੀਂ ਪਹੁੰਚਿਆ ਤੇ ਉਹ ਮੁੱਕ ਜੂਗਾ ਜੀ ਜਦੋਂ ਪਹਿਲਾਂ ਹੈ ਨਹੀਂ ਸੀ। ਤੁਹਾਨੂੰ ਲੱਗਦਾ ਜਿਹੜੀਆਂ ਪਾਲਿਸੀਆਂ ਆਉਂਦੀਆਂ ਹੈਗੀਆਂ ਜਿਵੇਂ ਉਹ ਤੁਸੀਂ 1000 ਰੁਪਏ ਦੀ ਗੱਲ ਕਰੀ, ਨਵੀਂ ਤੋਂ ਨਵੀਂ ਪਾਲਿਸੀ
ਜਾਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਇਦਾਂ ਲੱਗਣ ਲੱਗ ਗਿਆ ਵੀ ਜਿਹੜੀਆਂ ਹੁਣ ਵੋਟਾਂ ਹੋਣੀਆਂ 27 ਦੇ ਵਿੱਚ ਜਾਂ ਹੋਰ ਵੋਟਾਂ ਹੋਣੀਆਂ ਵੀ ਪਤਾ ਨਹੀਂ ਕਿਹੋ ਜੀਆਂ ਗੱਲਾਂ ਜਾਂ ਕਿਹੋ ਜੇ ਤੋਹਫੇ ਲੋਕਾਂ ਨੂੰ ਦਿੱਤੇ ਜਾਇਆ ਕਰਨਗੇ। ਪਰ ਜਿਹੜੀ ਇਹ ਚੀਜ਼ ਆ, ਜਿਹੜੀ ਇੱਕ ਕੁਦਰਤੀ ਆਪਾਂ ਨੂੰ ਚੀਜ਼ ਦਿੱਤੀ ਹੋਈ ਆ ਪਰਮਾਤਮਾ ਵੱਲੋਂ, ਇੱਧਰ ਕੋਈ ਧਿਆਨ ਹੈ ਨਹੀਂ ਕਿਸੇ ਦਾ ਜਿਵੇਂ ਹੋਣਾ ਚਾਹੀਦਾ ਹੈਗਾ। ਨਹੀਂ ਮੈਨੂੰ, ਮੈਂ ਹੋਪਫੁਲ ਹਾਂ ਜੀ, ਮੈਨੂੰ ਉਮੀਦ ਆ ਵੀ ਜਿਹੜਾ ਇਹ ਸੀ ਨਾ ਇਹ ਅੰਤ ਹੋ ਗਿਆ ਹੁਣ ਇੱਕ ਸਟੇਜ ਦਾ। ਹਾਂ ਵੀ ਇਹ ਫ੍ਰੀ ਬੀਜ ਵਾਲਾ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਜੁਮਲੇ ਹੀ ਆ ਵੀ ਇਹਨਾਂ ਦਾ ਕੋਈ ਫਾਇਦਾ ਨਹੀਂ ਹੋ ਰਿਹਾ। ਤੇ ਦੂਜਾ ਇਹ ਵੀ ਮੈਨੂੰ ਲੱਗਦਾ ਵੀ ਅੰਤ ਹੋ ਗਿਆ ਵੀ ਹੁਣ ਤਾਂ ਇਹਨਾਂ ਇੱਕ ਸਿਸਟਮ ਚੱਲ ਰਿਹਾ ਸੀ ਵੀ ਜਿਹੜਾ ਸਟੇਜ ਤੋਂ ਗੱਲਾਂ ਜੀਆਂ ਵੱਧ ਸੁਣਾ ਦੇਵੇ ਤਾਂ ਲੋਕ ਉਹਦੇ ਮਗਰ ਹੋ ਤੁਰਦੇ। ਹੁਣ ਜਿਹੜਾ ਅਗਲਾ ਸਮਾਂ ਆਊਗਾ ਨਾ 27 ਦੇ ਵਿੱਚ ਲੋਕ ਕੰਕਰੀਟ ਚੀਜ਼ ਭਾਲਣਗੇ ਜਿਹੜਾ ਡੂਏਬਲ ਹੋਊਗਾ, ਜਿਹੜਾ ਦੱਸੂਗਾ ਵੀ ਆਹ ਮਸਲੇ ਆ ਤੇ ਇਹਨਾਂ ਦਾ ਹੱਲ ਆ। ਤੇ ਲੋਕ ਮੈਨੂੰ ਉਮੀਦ ਆ ਵੀ ਉਹ ਸਮਝਣਗੇ ਵੀ ਇਹਨੂੰ ਆਹੀ ਬੰਦੇ ਹੱਲ ਕਰ ਸਕਦੇ ਆ। ਇਹ ਨਹੀਂ ਹੋਊਗਾ ਵੀ 1000 ਰੁਪਇਆ ਹੋਰ ਦੇ ਦਿਆਂਗੇ, 2000 ਹੋਰ ਦੇ ਦਿਆਂਗੇ, ਜਾਂ ਜਿਵੇਂ ਜੁਮਲੇ ਚੱਲਦੇ ਸੀ ਇਹਨਾਂ ਦੇ ਮੋਦੀ ਕੇ 15 ਲੱਖ ਵਾਲੇ ਚੱਲੀ ਗਏ, ਉਹਨਾਂ ਚੀਜ਼ਾਂ 'ਚੋਂ ਲੋਕ ਬਾਹਰ ਆ ਜਾਣਗੇ। ਜਿਵੇਂ ਮੇਰਾ ਲਾਸਟ ਸਵਾਲ ਆ, ਜਿਵੇਂ ਤੁਸੀਂ ਪਿੰਡ ਜਾ ਕੇ ਪਿੰਡ ਜਾ ਕੇ ਲਾਮਬੰਦੀ ਕਰ ਰਹੇ ਹੋ, ਕੋਈ ਸਖਤ ਪ੍ਰੋਟੈਸਟ ਜਿਹਦੇ ਨਾਲ ਸਰਕਾਰ ਨੂੰ ਵੀ ਪਤਾ ਲੱਗੇ, ਜਿਵੇਂ ਉਹ ਗੱਲ ਇੱਕ ਆਖੀ ਜਾਂਦੀ ਹੈ ਵੀ ਸਰਕਾਰ ਦੇ ਕੰਨ ਦੇ ਵਿੱਚ ਜੇ ਕੋਈ ਗੱਲ ਪਾਉਣੀ ਆ ਤਾਂ ਕੋਈ ਸਖਤ ਸਟੈਂਡ ਜਾਂ ਸਖਤ ਕਦਮ ਚੱਕਣਾ ਹੀ ਪੈਂਦੇ ਆ। ਤੁਸੀਂ ਉਦਾਂ ਦਾ ਕੁਛ ਤੁਹਾਡੀ ਜਥੇਬੰਦੀ ਨੇ ਕੁਛ ਪਲਾਨ ਕੀਤਾ ਜਾਂ ਹੋਰ ਲੋਕਾਂ ਦੇ ਨਾਲ ਜਾਂ ਹੋਰ ਜਥੇਬੰਦੀਆਂ ਜਿਵੇਂ ਕਿਸਾਨ ਜਥੇਬੰਦੀਆਂ ਜਾਂ ਹੋਰ ਲੋਕਾਂ ਦੇ ਨਾਲ ਮਿਲ ਕੇ ਤੁਸੀਂ ਕੁਛ ਕਰਨ ਜਾ ਰਹੇ ਹੋ? ਬਿਲਕੁਲ ਜੀ, ਪਹਿਲਾਂ ਸਾਡਾ ਹੈਗਾ ਲਾਮਬੰਦੀ ਦਾ ਹੈਗਾ, ਲਾਮਬੰਦੀ ਤੋਂ ਬਾਅਦ ਅਸੀਂ ਜਿੰਨੀਆਂ ਵੀ ਪੰਜਾਬ ਪੱਖੀ ਜਥੇਬੰਦੀਆਂ, ਅਸੀਂ ਕਿਸਾਨ ਜਥੇਬੰਦੀਆਂ ਨਾਲ ਵੀ ਗੱਲ ਕਰ ਰਹੇ ਹਾਂ, ਬਾਕੀ ਪੰਥਕ ਧਿਰਾਂ ਨਾਲ ਵੀ ਗੱਲ ਕਰ ਰਹੇ ਹਾਂ ਜੀ। ਤਾਂ ਜੇ ਫਿਰ ਅਖੀਰ ਤੇ ਜੇ ਹੋਇਆ ਜੀ ਤਾਂ ਸਾਡਾ ਸੜਕ ਨਹੀਂ ਰੋਕਾਂਗੇ, ਅਸੀਂ ਨਹਿਰ ਹੀ ਰੋਕਾਂਗੇ। ਫਿਰ ਅਸੀਂ ਟਰੈਕਟਰ ਲੈ ਕੇ ਨਹਿਰ 'ਚ ਵੜ ਜਾਣਾ ਜੇ ਇਹਨਾਂ ਨੇ ਨਾ ਲਾ ਮਤਲਬ ਬਾਜ਼ ਆਏ ਤਾਂ। ਪਹਿਲਾਂ ਸਾਡਾ ਇਹੀ ਹੋਊਗਾ ਵੀ ਜੇ ਇਹਨਾਂ ਨੇ ਹੁਣ ਕੰਕਰੀਟੀਕਰਨ ਸ਼ੁਰੂ ਕੀਤਾ ਤੇ ਫਿਰ ਨਹਿਰ 'ਚ ਵੜ ਜਾਣਾ, ਕਿਉਂਕਿ ਇਹਨਾਂ ਨੇ ਇੱਕ ਵਾਰੀ ਬੰਦੀ ਲਾਉਣੀ ਹੈ, ਫਿਰ ਇਹਨਾਂ ਨੂੰ ਵੇਖਾਂਗੇ ਵੀ ਤੁਸੀਂ ਰਾਜਸਥਾਨ ਫੀਡਰ ਛੱਡੋਗੇ ਕਿਵੇਂ। ਬੰਦੀ ਵਾਲਾ ਕਦੋਂ ਦਾ ਕੁਛ ਬੰਦੀ ਦਾ? ਸਾਨੂੰ ਮਾਰਚ ਦੀ ਹੈਗੀ ਆ, ਮਾਰਚ 'ਚ ਇਹਨਾਂ ਨੇ ਬੰਦੀ ਲਾਉਣੀ ਆ। ਹਾਂ, ਫਿਰ ਜੇ ਬੰਦੀ ਲੱਗੂਗੀ ਰਾਜਸਥਾਨ ਫੀਡਰ ਨੂੰ ਜੇ ਕੰਕਰੀਟੀਕਰਨ ਕਰਨਗੇ ਤਾਂ ਫਿਰ ਅਸੀਂ ਨਹਿਰ 'ਚ ਵੜ ਜਾਵਾਂਗੇ। ਹਾਂ, ਦੂਜਾ ਸਾਡਾ ਇਹ ਵੀ ਆ ਵੀ ਅਸੀਂ ਇੱਕ ਗੱਲ ਕਹੀ ਆ ਵੀ ਰਾਜਸਥਾਨ ਫੀਡਰ 'ਚੋਂ ਸਾਨੂੰ ਪਾਣੀ ਵਰਤਣ ਨੂੰ ਦਿਓ। ਹਾਂ, ਤਾਂ ਅਗਲੀਆਂ ਆਉਣ ਵਾਲੇ ਝੋਨੇ ਦੇ ਸੀਜ਼ਨ ਦੇ ਵਿੱਚ ਜੀ ਸਾਡੀ ਕੋਸ਼ਿਸ਼ ਹੋਊਗੀ ਵੀ ਅਸੀਂ ਕਿਸਾਨਾਂ ਨੂੰ ਨਾਲ ਲੈ ਕੇ ਜਿਹਦੇ ਨਾਲ ਦੇ ਖੇਤ ਲੱਗਦੇ ਆ ਫਿਰ ਪਾਈਪਾਂ ਪਾ ਲਈਏ, ਭਾਈ ਲਾਓ ਪਾਣੀ, ਸਾਡਾ ਪਾਣੀ ਆ, ਨਾਲ ਬੈਠੇ ਅਸੀਂ ਤਰਸਦੇ ਤੜਫਦੇ ਰਹਿੰਦੇ ਆ। ਹਾਂ, ਤੋ ਇਹ ਪ੍ਰੋਗਰਾਮ ਅਸੀਂ ਵਿਢਾਂਗੇ ਜੀ ਸਾਰੇ। ਇੱਕ ਦਰਸ਼ਕਾਂ ਨੂੰ ਥੋੜਾ ਜਿਹਾ ਹੋਰ ਦੱਸ ਦਿਓ, ਜਿਵੇਂ ਇਹ ਨਹਿਰਾਂ ਗੀਆਂ ਹਰੀ ਕੇ ਪੱਤਣ ਤੋਂ ਦੋਨੇ ਆਉਂਦੀਆਂ ਗੀਆਂ, ਇੱਕ ਇਹ ਛੋਟੀ ਨਹਿਰ ਕਹਿ ਦਿੰਦੇ, ਇੱਕ ਵੱਡੀ ਨਹਿਰ ਜਿਹੜੀ ਰਾਜਸਥਾਨ ਫੀਡਰ ਆ, ਇਹ ਜਿਹੜਾ ਉਹ ਪੱਕੇ ਵਾਲਾ ਗਾ ਕੰਕਰੀਟ ਵਾਲਾ ਮੋਮੀ ਕਾਗਜ਼ ਵਾਲਾ, ਇਹ ਕਿੰਨਾ ਕੁ ਏਰੀਆ ਕਵਰ ਹੋਊਗਾ ਪੰਜਾਬ ਦਾ ਜਾਂ ਉਹ ਉੱਧਰਲੇ ਪਾਸੇ ਕਿੰਨਾ ਕੁ ਏਰੀਆ ਕਵਰ ਹੋਇਆ? ਇਹਨਾਂ ਜੀ ਫਰੀਦਕੋਟ ਤੱਕ ਲਗਭਗ ਪਿੱਛੋਂ ਕਵਰ ਕਰ ਲਿਆ, ਫਰੀਦਕੋਟ ਤੋਂ ਲੈ ਕੇ ਜਿਹੜਾ ਰਾਜਸਥਾਨ ਨੂੰ ਜਾਂਦਾ, ਰਾਜਸਥਾਨ ਨੂੰ ਕਾਫੀ ਹੱਦ ਤੱਕ ਉਹ ਏਰੀਆ ਕਵਰ ਕਵਰ ਹੋ ਗਿਆ ਇਹਨਾਂ ਦਾ। ਹਾਂ, ਕਿਉਂਕਿ ਉੱਥੇ ਸੀਮ ਦੀ ਪ੍ਰੋਬਲਮ ਕਰਕੇ ਲੋਕਾਂ ਨੂੰ ਲੱਗਾ ਵੀ ਸਾਡਾ ਫਾਇਦਾ ਹੋ ਰਿਹਾ। ਤੇ ਇੱਕ ਮੇਰੀ ਜਾਣਕਾਰੀ ਲਈ ਹੋਰ ਆਪਾਂ ਵਾਧਾ ਕਰ ਦਈਏ, ਮੇਰੀ ਵੀ ਜਾਣਕਾਰੀ 'ਚ ਵਾਧਾ ਹੋ ਜੂ ਲੋਕਾਂ ਦੀ, ਵੀ ਇਹ ਕਿੰਨੇ ਕੁ ਸਮੇਂ 'ਚ ਹੋਇਆ ਜਿਹੜਾ ਸਾਰਾ ਪ੍ਰੋਸੈਸ ਆ ਵੀ ਇਹ ਜਿਹੜਾ? ਇਹ 2014 ਤੋਂ ਸ਼ੁਰੂ ਹੋਇਆ, 2014 ਦਾ ਸ਼ੁਰੂ ਹੋਇਆ ਵਾ, 2009 'ਚ ਪ੍ਰੋਜੈਕਟ ਬਣਿਆ। ਹਾਂ, 14 ਤੋਂ ਇਹ ਰਾਜਸਥਾਨ ਵੱਲੋਂ ਹੌਲੀ 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 ਚੱਲਦਾ ਤੁਰਿਆ ਆ ਜੀ। ਸੋ ਮਤਲਬ ਵੀ ਲੋਕਾਂ ਨੂੰ ਹਜੇ ਜ਼ਿਆਦਾ ਕੁਛ ਸਮਝਣ ਦੀ ਵੀ ਲੋੜ ਆ ਤੇ ਜ਼ਿਆਦਾ ਜਲਦੀ ਕੋਈ ਫੈਸਲਾ ਲੈਣ ਦੀ ਲੋੜ ਆ। ਬਿਲਕੁਲ ਜੀ, ਤੁਸੀਂ ਆਪਣਾ ਸਮਾਂ ਦਿੱਤਾ, ਆਪਾਂ ਲਗਾਤਾਰ ਇਸ ਗੱਲ ਦੇ ਉੱਤੇ ਗੱਲਾਂ ਬਾਤਾਂ ਕਰਦੇ ਰਹਾਂਗੇ, ਇਸ ਮੁੱਦੇ ਦੇ ਉੱਤੇ ਜੁੜੇ ਰਹਾਂਗੇ। ਧੰਨਵਾਦ ਜੀ। ਹਾਂਜੀ, ਧੰਨਵਾਦ ਜੀ। ਜੀ ਜੀ, ਸੋ ਇਹ ਜਿਹੜਾ ਮਾਮਲਾ ਹੈਗਾ ਤੁਸੀਂ ਸਮਝ ਲਿਆ ਹੋਊਗਾ ਸਾਰਾ, ਤੇ ਅਸੀਂ ਅੱਗੇ ਵੀ ਜੋ ਇਹਨਾਂ ਦੀ ਸਤਲੁਜ ਮਿਸਲ ਜਥੇਬੰਦੀ ਬਣਾਈ ਆ ਇਹਨਾਂ ਦੇ ਨਾਲ ਵੀ ਰਾਬਤੇ ਦੇ ਵਿੱਚ ਰਹਾਂਗੇ, ਗੱਲਬਾਤ ਤੁਹਾਡੇ ਤੱਕ, ਦੇਸ਼ਾਂ ਵਿਦੇਸ਼ਾਂ ਤੱਕ ਜਿਹੜੇ NRI ਭਰਾ ਵੀ ਬੈਠੇ ਆ, ਵੀ ਪੰਜਾਬ ਇਦਾਂ ਤਾਂ ਨਹੀਂ ਹੋਣਾ ਵਾਲਾ ਜਿਵੇਂ ਉਹ ਸਮਝਦੇ ਨੇ ਜਾਂ ਜਿਵੇਂ ਉਹ ਲੋਕ ਕਰਨਾ ਚਾਹੁੰਦੇ ਨੇ। ਪੰਜਾਬ ਦੇ ਵਿੱਚ ਬਹੁਤ ਨੌਜਵਾਨ, ਬਹੁਤ ਲੋਕ ਇੱਥੇ ਜਾਗਰੂਕ ਨੇ ਤੇ ਪੰਜਾਬ ਨੂੰ ਬਚਾਉਣ ਵਾਲੇ ਇਹੋ ਜਿਹੇ ਖੜੇ ਨੇ, ਹਿੱਕਾਂ ਡਾਹ ਕੇ ਖੜੇ ਨੇ, ਤੇ ਜਿਹੜਾ ਪੰਜਾਬ ਦਾ ਪਾਣੀ ਆ ਉਹ ਇਦਾਂ ਨਹੀਂ ਕਿਸੇ ਨੂੰ ਦੇਣ ਵਾਲੇ, ਲੰਬੇ ਸੰਘਰਸ਼ ਚੱਲਣ ਵਾਲੇ ਨੇ। ਤਾਂ ਅਸੀਂ ਉਮੀਦ ਕਰਦੇ ਹਾਂ ਵੀ ਨੌਜਵਾਨੀ ਵੀ ਇਹਨਾਂ ਸੰਘਰਸ਼ਾਂ ਦੇ ਵਿੱਚ ਹਿੱਸਾ ਲਊਗੀ ਚੰਗੀ ਤਰ੍ਹਾਂ, ਚਾਹੇ ਹੁਣ ਇੰਟਰਨੈਟ ਦਾ ਜ਼ਮਾਨਾ ਗਾ, ਸੋਸ਼ਲ ਮੀਡੀਆ, ਚੰਗੀ ਤਰ੍ਹਾਂ ਗੱਲਾਂ ਨੂੰ ਸਮਝੇ ਤਾਂ ਇਹਨਾਂ ਨਾਲ ਵੀ ਜ਼ਰੂਰ ਰਾਬਤਾ ਕਰੇ ਵੀ ਸਾਡੇ 'ਤੇ ਕਿਹੜੀਆਂ ਮਾਰਾਂ ਪੈਣ ਵਾਲੀਆਂ ਹੈਗੀਆਂ। ਅੱਗੇ ਫਿਰ ਹਾਜ਼ਰ ਹੋਵਾਂਗੇ ਇਸ ਮੁੱਦੇ ਦੇ ਨਾਲ, ਲਗਾਤਾਰ ਬਣੇ ਰਹਾਂਗੇ। ਤੁਸੀਂ ਆਪਣਾ ਸਮਾਂ ਦਿੱਤਾ ਜੀ, ਧੰਨਵਾਦ।